ਸਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਮਨ ਜੇਟਲੀ ਮੇਰੇ ਨਾਲ ਮੇਰੇ ਸਹਿਯੋਗੀ ਗਗਨ ਬੇਦੀ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਪੰਜਾਬ ਸਰਕਾਰ ਦਾ ਨਵਾਂ ਫਰਮਾਨ ਪੰਜਾਬ ਦੇ ਵਿੱਚ ਹੁਣ ਇਲਾਜ ਹੋਰ ਮਹਿੰਗਾ ਹੋ ਗਿਆ ਹੈ ਬਹੁਤ ਮੰਦੀ ਖਬਰ ਹੈ ਬੜੀ ਬੁਰੀ ਖਬਰ ਹੈ ਸੁਣ ਕੇ ਕੋਈ ਵੀ ਪੰਜਾਬ ਵਾਸੀ ਖੁਸ਼ ਨਹੀਂ ਹੋਣ ਵਾਲਾ ਪਰ ਜੋ ਅਪਡੇਟ ਜੋ ਨਵਾਂ ਫਰਮਾਨ ਜਾਰੀ ਹੋਇਆ ਉਹ ਤੁਹਾਡੇ ਤੱਕ ਪਹੁੰਚਾ ਦੇਣਾ ਬੜਾ ਲਾਜ਼ਮੀ ਹੈ ਇਲਾਜ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ ਗਗਨ ਮੈਂ ਚਾਹੂੰਗੀ ਕਿ ਤੁਸੀਂ ਉਹਨਾਂ ਕੀਮਤਾਂ ਬਾਰੇ ਚਾਨਣ ਪਾਓ ਦਰਸ਼ਕਾਂ ਤੱਕ ਅਸੀਂ ਪਹੁੰਚਾਈਏ ਬਿਲਕੁਲ ਸੁਮਨ ਪਹਿਲਾਂ ਤਾਂ ਦੇਖੋ ਤੁਸੀਂ ਕਿ ਇਹ ਜਿਹੜਾ ਸਮਾਂ ਜਾ ਰਿਹਾ ਜਦੋਂ ਸੀਐਮ ਪੰਜਾਬ ਵੱਲੋਂ ਇਹ ਚੀਜ਼ ਕਹੀ ਗਈ ਸੀ ਹਾਲ ਹੀ ਦੇ ਵਿੱਚ ਕਿ ਮੈਡੀਕਲ ਐਮਰਜੈਂਸੀ ਦਾ ਸਮਾਂ ਹੈਗਾ ਤੇ ਮੈਨੂੰ ਲੱਗਦਾ ਕਿ ਉਸ ਦੌਰ ਦੇ ਵਿੱਚ ਇਹ ਚੀਜ਼ ਹੋਣੀ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੱਕ ਲੋਕਾਂ ਦੇ ਲਈ ਬਹੁਤ ਮਾਰੂ ਫੈਸਲਾ ਬਹੁਤ ਗਲਤ ਫੈਸਲਾ ਕਿਉਂਕਿ ਜਿਹੜੀ ਸਭ ਤੋਂ ਬੇਸਿਕ ਚੀਜ਼ ਹੈ ਲੋਕਾਂ ਨੂੰ ਜਿਹੜੀ ਹੈਲਥ ਦੀ ਜਿਹੜੀ ਲੋਕਾਂ ਵਾਸਤੇ ਸ਼ੋਰਟੀ ਹੋਣੀ ਚਾਹੀਦੀ ਹੈ ਜਿਵੇਂ ਮਤਲਬ ਕੋਈ ਵੀ ਆਪਾਂ ਕਹਿ ਲਈਏ ਕਿ ਲੋਕ ਹਿੱਤ ਦੀਆਂ ਸਰਕਾਰਾਂ ਵਾਸਤੇ ਜਿਹੜੇ ਇਹ ਸਭ ਤੋਂ ਵੱਡੀ ਚੀਜ਼ ਹੈਗੀ ਔਰ ਤੁਸੀਂ ਦੇਖੋ ਕਿ ਹੁਣ ਕਰੋਨਾ ਦਾ ਦੌਰ ਹੈ SMO ਦੀ ਡੈਥ ਹੋਈ ਹੈ ਅੱਜ ਹੀ ਕਰੋਨਾ ਦੇ ਨਾਲ ਔਰ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਵੀ ਕਰੋਨਾ ਦੀ ਐਂਟਰੀ ਹੋ ਚੁੱਕੀ ਹੈ ਇੰਨੇ ਜਿਹੜੇ ਆਪਣੇ ਵਿਧਾਇਕ ਪੋਜ਼ਿਟਿਵ ਆਏ ਨੇ ਮੰਤਰੀ ਤੱਕ ਪੋਜ਼ਿਟਿਵ ਆਏ ਨੇ ਇੰਨੀ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ ਹੈ ਪੰਜਾਬ ਦੀ ਔਰ ਉਸ ਦੌਰ ਦੇ ਵਿੱਚ ਜਿਹੜੀ ਲੋਕਾਂ ਦੇ ਲਈ ਇਹ ਚੀਜ਼ ਇਹ ਮੈਨੂੰ ਲੱਗਦਾ ਕਿ ਉਹ ਕਿਹਾ ਜਾਂਦਾ ਨਾ ਕਿ ਗਰੀਬੀ ਦੇ ਵਿੱਚ ਆਟਾ ਗਿੱਲਾ ਉਹੀ ਚੀਜ਼ ਆ ਸੁਮਨ ਇਹ ਮਤਲਬ ਲੋਕਾਂ ਲਈ ਬਹੁਤ ਜ਼ਿਆਦਾ ਅਸਹਿ ਹੋਣ ਵਾਲਾ ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿਹੜੀ ਪੰਜਾਬ ਦੀ ਆਬਾਦੀ ਹੈ ਜਿਹੜੀ ਖਾਸ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ ਅਮੀਰ ਬੰਦੇ ਨੂੰ ਤਾਂ ਦੇਖੋ ਸੁਮਨ ਕੋਈ ਫਰਕ ਨਹੀਂ ਪੈਂਦਾ ਜਿਹੜਾ ਸਮਰੱਥ ਹੈਗਾ ਆਰਥਿਕ ਤੌਰ 'ਤੇ ਉਹ ਤਾਂ ਕਿਸੇ ਹੋਰ ਦਾ ਵੀ ਇਲਾਜ ਕਰਾ ਲੈਂਦਾ ਆਪਣਾ ਇਲਾਜ ਤਾਂ ਉਹ ਕਰਾ ਹੀ ਸਕਦਾ ਪਰ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਹੈ ਜਿਹੜਾ ਘੱਟ ਕਮਾਉਣ ਵਾਲਾ 10 ਤੋਂ 15 ਹਜ਼ਾਰ ਦੀ ਜਿਹਦੀ ਆਮਦਨ ਹੈ ਸਾਲ ਦਾ ਜਿਹੜਾ 1 ਲੱਖ ਰੁਪਇਆ ਕਮਾਉਂਦਾ ਤੁਸੀਂ ਸੋਚੋ ਸੁਮਨ ਉਹ ਕਿੱਥੋਂ ਇੰਨਾ ਇਲਾਜ ਅਫੋਰਡ ਕਰ ਲੂਗਾ ਪ੍ਰਾਈਵੇਟ ਹਸਪਤਾਲਾਂ ਦਾ ਤਾਂ ਉਹ ਰੁੱਖ ਕਰ ਹੀ ਨਹੀਂ ਸਕਦਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਹੁਣ ਇਲਾਜ ਮਹਿੰਗਾ ਹੋ ਗਿਆ ਅਬਲਾ ਤਾਂ ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਵੈਸੇ ਹੀ ਪ੍ਰਬੰਧ ਸੁਮਨ ਕਿਸੇ ਕੰਮ ਦੇ ਨਹੀਂ ਹੈਗੇ ਇਹ ਚੀਜ਼ ਲੋਕ ਡਰਦੇ ਨੇ ਬੜੀ ਵੱਡੀ ਗੱਲ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਤੋਂ ਲੋਕ ਡਰਦੇ ਨੇ ਸੁਮਨ ਬਿਲਕੁਲ ਸਰਕਾਰੀ ਹਸਪਤਾਲਾਂ ਦੀਆਂ ਜਿਹੜੀਆਂ ਮੋਰਚਰੀਆਂ ਨੇ ਉੱਥੇ ਜਿਹੜੀਆਂ ਮ੍ਰਿਤ ਦੇਹਾਂ ਨੇ ਜੇ ਉੱਥੇ ਤੁਹਾਨੂੰ ਕਿਸੇ ਨੂੰ ਰੱਖਣੀ ਪੈ ਜਾਵੇ ਮਹੀਨਾ ਜਾਂ 15 ਦਿਨ ਚੂਹੇ ਜਿਹੜੀਆਂ ਆਪਾਂ ਕਹਿ ਲਈਏ ਕਿ ਜਿਹੜੀਆਂ ਮ੍ਰਿਤ ਦੇਹਾਂ ਨੇ ਚੂਹੇ ਖਾ ਜਾਂਦੇ ਨੇ ਔਰ ਇਸ ਤਰ੍ਹਾਂ ਦੇ ਮਾਮਲੇ ਹੈਗੇ ਨੇ ਡਾਕਟਰਾਂ ਦੇ ਵੱਲੋਂ ਕੈਂਚੀਆਂ ਪੇਟ ਦੇ ਵਿੱਚ ਛੱਡ ਦਿੱਤੀਆਂ ਗਈਆਂ ਨੇ ਬਹੁਤ ਜ਼ਿਆਦਾ ਕੋਈ ਅਸੀਂ ਕੋਈ ਭੰਡ ਨਹੀਂ ਰਹੇ ਲਾਸ਼ਾਂ ਦਾ ਵਪਾਰ ਹੋਇਆ ਸਾਡਾ ਉਹ ਸਮਾਜ ਹੈ ਲਾਸ਼ਾਂ ਦਾ ਵਪਾਰ ਹੋਇਆ ਬਹੁਤ ਸਾਰੇ ਅਪਡੇਟਸ ਆਏ ਸੀ ਕਿ ਸਾਡੇ ਜਿਹੜੇ ਫਰੰਟ ਲਾਈਨ ਵਾਰੀਅਰਸ ਨੇ ਜਿਹੜੇ ਡਾਕਟਰਸ ਨੇ ਉਹਨਾਂ ਨੇ ਕਿਡਨੀਜ਼ ਵਗੈਰਾ ਜਾਂ ਜਿਹੜੀਆਂ ਵੀ ਜਿਸ ਵੀ ਆਰਗਨ ਦੀ ਵਰਤੋਂ ਕਰ ਸਕਦੇ ਸੀ ਉਹ ਲਾਸ਼ਾਂ ਦਾ ਵਪਾਰ ਵੀ ਹੁੰਦਾ ਰਿਹਾ ਬਿਲਕੁਲ ਸੁਮਨ ਇਹ ਚੀਜ਼ ਲੋਕ ਕਰੋਨਾ ਕਾਲ ਦੇ ਵਿੱਚ ਵੀ ਇਹ ਚੀਜ਼ਾਂ ਤੇ ਸਵਾਲ ਚੱਪਦੇ ਨੇ ਪਰ ਅਸੀਂ ਉਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਇਹਦੇ ਬਾਰੇ ਅਸੀਂ ਕੋਈ ਦਾਅਵਾ ਨਹੀਂ ਕਰ ਸਕਦੇ ਪਰ ਇਸ ਤਰ੍ਹਾਂ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਹੋਣਾ ਇਹ ਬਿਲਕੁਲ ਅਸਹਿਵ ਹੈ ਤੁਸੀਂ ਦੇਖੋ ਸੁਮਨ ਕਿ ਹਸਪਤਾਲ ਦੇ ਵਿੱਚ ਜਿਹੜਾ ਹੁਣ ਸਰਕਾਰੀ ਨੇ 1 ਸਤੰਬਰ ਤੋਂ ਇਹ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਨੇ ਆਮ ਸ਼ਾਇਦ ਲੋਕਾਂ ਨੂੰ ਇਹ ਚੀਜ਼ ਨਾ ਲੱਗੇ ਕਿ ਕੋਈ ਬਹੁਤਾ ਮਹਿੰਗਾ ਨਹੀਂ ਹੋਇਆ 300 ਤੋਂ ਵੱਧ ਕੇ 500 ਰੁਪਇਆ ਮੈਡੀਕਲ ਜਾਂਚ ਦੀ ਫੀਸ ਹੋ ਗਈ ਹੈ 200 ਰੁਪਇਆ ਸੁਮਨ ਜਿਹੜਾ ਬੰਦਾ ਦਿਹਾੜੀ ਦਾ 100-150 ਰੁਪਇਆ ਕਮਾਉਣ ਵਾਲਾ ਵਾ ਉਹਦੀਆਂ 2 ਦਿਹਾੜੀਆਂ ਦੇ ਨਾਲ ਇਹ ਮੈਡੀਕਲ ਜਾਂਚ ਅੱਗੇ 300 ਰੁਪਏ 'ਚ ਹੁੰਦੀ ਸੀ ਹੁਣ 500 ਰੁਪਏ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਜਿਹੜੀ ਵੱਡੇ ਆਪਰੇਸ਼ਨ ਦੀ ਫੀਸ ਹੈ ਜਿਵੇਂ ਤੁਸੀਂ ਕਹਿ ਲਓ ਵੱਡਾ ਆਪਰੇਸ਼ਨ ਆਪਾਂ ਕਹਿੰਦੇ ਹਾਂ ਸਜ਼ੇਰੀਅਨ ਜਿਵੇਂ ਜਣੇਪਾ ਹੁੰਦਾ ਉਹਦੇ ਉਹ ਵੀ ਲੋਕਾਂ ਤੋਂ ਕੋਈ ਸੁਮਨ ਛੁਪਿਆ ਨਹੀਂ ਹੈਗਾ ਕਿ ਜਿਹੜੀਆਂ ਕਈ ਮਾਤਾਵਾਂ ਭੈਣਾਂ ਨੇ ਜਿਹੜੀਆਂ ਪ੍ਰੈਗਨੈਂਟ ਨੇ ਉਹ ਡਾਕਟਰ ਉਹਦੇ ਕਈਆਂ ਦੇ ਐਂਬੂਲੈਂਸਾਂ ਦੇ ਵਿੱਚ ਉਹਨਾਂ ਨੇ ਜਨਮ ਦਿੱਤੇ ਨੇ ਬੱਚਿਆਂ ਨੂੰ ਹਸਪਤਾਲਾਂ ਦੇ ਬਾਹਰ ਸਿਵਲ ਤੇ ਜਨਮ ਦਿੱਤੇ ਨੇ ਕਈਆਂ ਨੇ ਫੱਟਿਆਂ ਤੇ ਆਪਣੇ ਬੱਚੇ ਨੂੰ ਸਿਵਲ ਹਸਪਤਾਲਾਂ ਦੀ ਸੁਮਨ ਕਾਰਗੁਜ਼ਾਰੀ ਤੇ ਵੱਡੇ ਸਵਾਲ ਨੇ ਔਰ ਹੁਣ ਉੱਥੇ ਇਹ ਜਿਹੜੀ ਚੀਜ਼ ਆ ਇਹਦਾ ਲੋਕਾਂ ਦੇ ਲਈ ਉਹ ਕਫਨ ਤੇ ਕਿੱਲ ਵਾਲੀ ਗੱਲ ਹੋ ਰਹੀ ਹੈ ਤੁਸੀਂ ਦੇਖੋ ਕਿ ਕਿੰਨਾ AC ਜਿਹੜਾ ਕਮਰਾ 500 ਤੋਂ ਦਾ ਕਿਰਾਇਆ 1000 ਰੁਪਇਆ ਕਰ ਦਿੱਤਾ ਗਿਆ ਦੁੱਗਣਾ ਕਰ ਦਿੱਤਾ ਗਿਆ ਇਸੇ ਤਰ੍ਹਾਂ ECG ਆ 60 ਰੁਪਏ ਤੋਂ ਵਧਾ ਕੇ 75 ਕਰ ਦਿੱਤੀ ਗਈ ਹੈ ਐਕਸਰੇ 120 ਰੁਪਏ ਤੋਂ 150 ਕਰ ਦਿੱਤਾ ਗਿਆ ਵੱਡੇ ਆਪਰੇਸ਼ਨ ਦੀ ਫੀਸ 1000 ਤੋਂ 1200 ਕਰ ਦਿੱਤੀ ਗਈ ਹੈ ਮੈਡੀਕਲ ਜਾਂਚ 300 ਤੋਂ ਵਧਾ ਕੇ 500 ਕਰ ਦਿੱਤੀ ਗਈ ਸਵਾਲ ਇਹੀ ਹੈ ਆਮ ਤੌਰ ਤੇ ਲੱਗੇਗਾ ਕਿ 200 ਰੁਪਇਆ ਵਧਾਇਆ ਗਿਆ ਜਾਂ 60 ਤੋਂ ਫੀਸ ਜੇ ਕੀਤੀ ਹੈ 75 ਰੁਪਏ 15 ਰੁਪਏ ਵਧਾਈ ਗਈ ਹੈ ਪਰ ਸੁਮਨ ਇਹਦਾ ਇੰਪੈਕਟ ਆਮ ਲੋਕਾਂ ਦੇ ਉੱਤੇ ਆ ਜਿਹੜੇ ਆਮ ਵੀ ਮੈਂ ਕਹਿਣਾ ਕਿ ਜਿਹੜੇ ਬਿਲਕੁਲ ਹੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਉਹਨਾਂ ਦੇ ਉੱਤੇ ਬਹੁਤ ਆਵਰ ਔਰ ਇਸ ਦੌਰ ਦੇ ਵਿੱਚ ਤੁਸੀਂ ਦੇਖੋ ਕਿ ਤੁਸੀਂ ਦਿੱਲੀ ਮਾਡਲ ਲੈ ਲਓ ਚਲੋ ਸਰਕਾਰਾਂ ਸਾਰੀਆਂ ਲੋਕਾਂ ਦੇ ਵੈਲਫੇਅਰ ਲਈ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਜਿੱਥੇ ਫ੍ਰੀ ਕੀਤਾ ਜਾ ਰਿਹਾ ਜਾਂ ਹੋਰ ਬਹੁਤ ਨੇ ਕਰੋਨਾ ਦੇ ਵਿੱਚ ਇਹ ਚੀਜ਼ਾਂ ਮਹਿੰਗੀਆਂ ਹੋਣੀਆਂ ਸਰਕਾਰ ਨੂੰ ਸ਼ਾਇਦ ਇਹ ਸਮਾਂ ਨਹੀਂ ਹੁਣ ਦਾ ਸੀਗਾ ਇਹ ਸਮਾਂ ਸ਼ਾਇਦ ਅੱਗੇ ਜਾ ਕੇ ਕਰ ਲੈਂਦੇ ਬਹੁਤ ਗਲਤ ਸਮਾਂ ਲੋਕਾਂ ਦੇ ਵਿੱਚ ਵੈਸੇ ਹੀ ਬਹੁਤ ਜ਼ਿਆਦਾ ਹੌਕਸ ਬਣਿਆ ਹੋਇਆ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਔਰ ਇਸ ਦੌਰ ਦੇ ਵਿੱਚ ਇਹ ਚੀਜ਼ਾਂ ਦਾ ਮਹਿੰਗਾ ਹੋਣਾ ਬਹੁਤ ਜ਼ਿਆਦਾ ਅਸਹਿ ਹੈਗਾ ਤੇ ਇਹਦੇ ਉੱਤੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਉਹਨਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਔਰ ਲਾਜ਼ਮੀ ਹੈਗੇ ਨੇ ਚੁੱਕਣੇ ਮੈਨੂੰ ਲੱਗਦਾ ਕਿ ਉਹਦਾ ਸੁਮਨ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਰ ਹਰ ਕੋਈ ਜਿਹੜਾ ਵੀ ਮੌਕਾ ਆਉਂਦਾ ਉਹਨੂੰ ਕੈਸ਼ ਕਰਦਾ ਕਿਸੇ ਵੀ ਵਿਰੋਧੀ ਪਾਰਟੀਆਂ ਦੇ ਵੱਲੋਂ ਕੈਸ਼ ਕੀਤਾ ਜਾਂਦਾ ਉਦਾਂ ਹੀ ਕੀਤੇ ਜਾਣਗੇ ਪਰ ਇਹਦਾ ਸਿੱਧਾ ਸਿੱਧਾ ਇੰਪੈਕਟ ਲੋਕਾਂ ਤੇ ਪੈਣਾ ਔਰ ਲਾਜ਼ਮੀ ਤੌਰ ਤੇ ਪੈਣਾ।
देखो मैं समझता कि जिस तरीके दे नाल करोना की महामारी दे विच सारे मुल्कां दीयां सरकारां और राज्यां दीयां सरकारां अपने निवासियां नूं किफायती और सस्ते दरां दे उपर हैल्थ सर्विसिज प्रोवाइड करन लगी हुई ने। पूरी दुनिया दे विच शायद कैप्टन अमरिंदर सिंह जी की सरकार ही अजिही सरकार है जिहड़ी कि इस महामारी के दौरान भी जिथे लोगों के काम कार ने व्यापार ने जिहड़े वह ठप्प होए पए ने, नौकरियां ने खत्म हो रही ने, नौकरियों तनखाह दे विच कटौतियां हो रही ने। यह सिर्फ और सिर्फ कैप्टन अमरिंदर सिंह की सरकार ही है जिसने हैल्थ सर्विसिज दे विच जे किसी ने सरकारी हस्पतालां दे विच, वैसे तो सरकारी हस्पताल आप ही बीमार होए पए ने, आईसीयू दे विच ने, पर जे कोई भुले भटके उत्थे पहुंच जांदा है ते ओह उन्हां तों जिहड़े चार्जिज ने ओह कई गुणे वधा दित्ते गए ने कैप्टन अमरिंदर सिंह की सरकार वल्लों। मैं समझदा कि इस तों माड़ा लोक विरोधी फैसला अजिही महामारी के दौरान होर कोई नहीं हो सकता है। एक पासे जिथे लोड़ सी लोगों की बांह फड़न की, उन्हों का सहारा लाने की, क्योंकि इकोनॉमिक क्राइसिस है जिहड़ा फाइनैंशियल क्राइसिस अज हरेक परिवार के उपर आया होया। इन्हां हालातों के जे कोई बीमार हो जाए तो उसकी बांह फड़न की बजाय रेट वधा देने बहुत मंदभागा फैसला, आम आदमी पार्टी का सख्त शब्दों के विरोध करती है। एंबूलेंस के चार्जिज जिहड़े पर किलोमीटर पहला 5 रुपए सी वह 15 रुपए कर दिते गए ने। जिहड़े छोटे ऑपरेशन्स दा पहला 250-300 रुपए तक हुंदा सीगा वह 1500-1500 रुपए कर दिता गया। इत्थों तक जे किसी ने पोस्टमार्टम की रिपोर्ट की कापी लैनी है उन्हूं भी 50 रुपए ने जिहड़े वह देने पैणगे, और MLR कराउण दे और उहदी रिपोर्ट लैण दे भी पैसे ने जिहड़े वह सरकार ने कई गुणे वधा दिते गए ने। हरेक चीज़ दे विचों पैसा कमाउणा मैं समझदा कि सरकार दे लोक विरोधी फैसला जिहड़ा इहदा आम आदमी पार्टी विरोध करदी है। कैप्टन अमरिंदर सिंह सिर्फ और सिर्फ शराब माफिया और माइनिंग माफिया नूं तां सैकड़े करोड़ छड़ सकदे ने, पर आम लोकां दीआं जेबां दे विचों हैल्थ सर्विसिज दे नां दे उपर वी जिस तरीके दे नाल पैसे कढे जा रहे ने इह अत्यंत निंदनयोग है। ते आम आदमी पार्टी इस फैसले नूं सिरे तों निंदिया करदी और खंडन करदी है। ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਸ ਤਰੀਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰ ਨੇ ਮਰੀਜ਼ਾਂ ਦੇ ਉੱਤੇ ਚਾਰਜਸ ਵਧਾ ਕੇ ਬੋਝ ਏਡਾ ਵੱਡਾ ਪਾਇਆ, ਉੱਥੋਂ ਸਮਝ ਆਉਂਦਾ ਕਿ ਸਰਕਾਰ ਨੂੰ ਲੋਕਾਂ ਦੀ ਆਰਥਿਕ ਹਾਲਤ ਦਾ ਅੰਦਾਜ਼ਾ। ਅੱਜ ਕੱਲ੍ਹ ਸਭ ਤੋਂ ਵੱਡੀ ਲੋੜ ਪੈਂਦੀ ਹੈ ਐਂਬੂਲੈਂਸ ਦੀ, ਕਿਉਂਕਿ ਜੇ ਕੋਈ ਵੀ ਪੇਸ਼ੈਂਟ ਪੋਜ਼ੀਟਿਵ ਆ ਜਾਂਦਾ ਉਹਨੂੰ ਲਿਜਾਉਣ ਵਾਸਤੇ ਐਂਬੂਲੈਂਸ ਦੀ ਲੋੜ ਪੈਂਦੀ ਹੈ, ਆਪਣੀ ਗੱਡੀ 'ਤੇ ਨਹੀਂ ਲਿਜਾ ਸਕਦੀ। जे किसी ने टेस्ट करवाना तो भी एंबूलेंस लैके जानी पैंदी है, क्योंकि ड्राइवर तो अपनी गड्डी तुसीं नहीं जा सकते। पर यह सर्विस फ्री प्रोवाइड करने की बजाय सरकार ने 5 रुपए किलोमीटर तो वधा के रेट 15 रुपए किलोमीटर कर दिया, 3 गुणा रेट करना, यह लोगों की बहुत वड्डी एक्सपेक्टेशन। ओपड़ी के चार्जस भी वधाते, इंडोर के चार्जस भी वधाते, माइनर सर्जरी के चार्जस भी वधाते, तो मेजर सर्जरी के चार्ज लगता। ऑलरेडी लोगों के कारोबार बंद है, सरकार को चाहिए कि अपने को इनवैसटमेंट जी सेहत सहूलत करे, पर सरकार अपन जिम्मेवारियों तो भज के लोगों के उत्ते बहुत वाला बोझ पा रही है। मैं मुख्यमंत्री साहब को बेनती करता कि जोड़ा पैसा केंद्र सरकार वालों डिजास्टर मैनेजमेंट फंड वो तुम सेहत सहूलत वास्ते वरतो, जोड़े पैसे तुम लोगों को लुटा रहे हो अपने एक्साइज के महकमे के सही इंतजाम ना हो करके वो रिकवर करो, तो मरीजा की जी मैं महसूस होंगे कि जिस तरीके सरकारी हस्पताल के सरकार ने मरीजा के उत्ते चार्जस लगा के बोझ एडा वा पाया, उतो समझ आता कि सरकार को लोगों की आर्थिक हालत का अंदाजा। अजक सब तो वही लोड़ पैंती है एंबूलेंस की, क्योंकि जो कोई भी पेशेंट पॉजिटिव आ जाता उन्होंने लिजाण वास्ते एंबूलेंस की लड़ पैंती है, अपनी गड्डी तो नहीं लिजा सकते। जे किसी ने टेस्ट करवाना तो भी एंबूलेंस लैके जानी पैंती है, क्योंकि ड्राइवर तो अपनी गड्डी तुम नहीं लिजा सकते। पर यह सर्विस फ्री प्रोवाइड करने की बजाय सरकार सवाल खड़ा हो रहा है कि जो डिजास्टर मैनेजमेंट फंड की रकम है जो पैसा है वो क्यों नहीं मरीजों के लिए वरत्या जा रहा है, उल्टा मरीजों की जेब से और बोझ क्यों पाया जा रहा है।
ਕਿਉਂਕਿ ਸੁਮਨ ਡਾਇਵਰਸਿਟੀ ਆਫ ਫੰਡ ਕੀਤੀ ਜਾ ਰਹੀ ਹੈ, ਜਿਹੜਾ ਕੋਈ ਚੀਜ਼ ਦਾ ਪੈਸਾ ਕਿਸੇ ਦੂਜੇ ਪਾਸੇ ਲਗਾਇਆ ਜਾ ਰਿਹਾ ਜਾਂ ਕੋਈ ਹੋਰ ਵੈਲਫੇਅਰ ਦਾ ਪੈਸਾ ਕਿਸੇ ਤੀਜੇ ਪਾਸੇ ਲਗਾਇਆ ਜਾ ਰਿਹਾ, ਸੋ ਇਹਦਾ ਬੋਝ ਲੋਕਾਂ 'ਤੇ ਪੈ ਰਿਹਾ। ਜਿਵੇਂ ਤੁਸੀਂ ਅਸੀਂ ਦੇਖ ਰਹੇ ਸੀਗਾ ਕਿ ਜਿਹੜੀ ਐਂਬੂਲੈਂਸ ਦੇ ਪਰ ਕਿਲੋਮੀਟਰ ਦੇ ਰੇਟਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। ਵੈਸੇ ਤਾਂ ਜਿਹੜੀਆਂ ਸਰਕਾਰੀ ਐਂਬੂਲੈਂਸ ਸਿਸਟਮ ਸੁਮਨ ਇਹ ਹੈ ਕਿ ਕੋਈ ਟਾਈਮ ਬਾਉਂਡ ਹੈ ਹੀ ਨਹੀਂ। ਆਪਣੇ ਮੁਲਕ ਦੇ ਵਿੱਚ ਸੁਮਨ ਜਿਹੜਾ ਪੀਜ਼ਾ ਅੱਧੇ ਘੰਟੇ 'ਚ ਪਹੁੰਚਣ ਦੀ ਸ਼ੋਰਟੀ ਹੁੰਦੀ ਹੈ, ਪਰ ਐਂਬੂਲੈਂਸ ਵੀ ਦੇਖੋ ਕਿ ਅਸੀਂ ਕਈ ਇਸ ਤਰ੍ਹਾਂ ਦੀਆਂ ਖ਼ਬਰਾਂ ਦੇਖੀਆਂ ਨੇ, ਦੋ ਦੋ ਘੰਟੇ ਐਂਬੂਲੈਂਸਾਂ ਨਹੀਂ ਪਹੁੰਚਦੀਆਂ, ਮਰੀਜ਼ ਮਰ ਜਾਂਦਾ ਕਿਉਂਕਿ ਆਮ ਲੋਕਾਂ ਦੇ ਉਨੇ ਸੋਰਸ ਨਹੀਂ ਹੁੰਦੇ। ਲੋਕ ਐਕਟਿਵ ਦੇ ਉੱਤੇ ਜਾਂ ਕਿਤੇ ਹੋਰ ਟੂ ਵੀਲਰ ਦੇ ਉੱਤੇ ਮਰੀਜ਼ਾਂ ਨੂੰ ਲੈ ਕੇ ਪਹੁੰਚਦੇ ਨੇ, ਸੋ ਇਹ ਸੁਮਨ ਬਹੁਤ ਜ਼ਿਆਦਾ ਇੱਕ ਵੱਡਾ ਲੋਕਾਂ ਦੇ ਲਈ ਬੋਝ ਪੈਣ ਜਾ ਰਿਹਾ, ਖਾਸ ਤੌਰ 'ਤੇ ਉਹਨਾਂ ਲੋਕਾਂ ਦੇ ਲਈ ਜਿਹੜੇ ਜਿਨ੍ਹਾਂ ਦੇ ਹਿੱਤ ਦੇ ਵਿੱਚ ਨਹੀਂ ਆਉਂਦੀਆਂ ਚੀਜ਼ਾਂ, ਮੈਡੀਕਲ ਸਹੂਲਤਾਂ ਨਹੀਂ ਆਉਂਦੀਆਂ, ਜਿਨ੍ਹਾਂ ਨੇ ਕਦੇ ਸੁਣਿਆ ਹੀ ਨਹੀਂ ਆ ਕਿ ਮੈਡੀਕਲੇਮ ਕੀ ਹੈ ਜਾਂ ਮੈਡੀਕਲ ਪਾਲਿਸੀਆਂ ਕੀ ਨੇ, ਜਿਨ੍ਹਾਂ ਲੋਕਾਂ ਦੇ ਦਾਇਰੇ ਦੇ ਵਿੱਚ ਹੀ ਨਹੀਂ ਇਹ ਚੀਜ਼ਾਂ ਹੈਗੀਆਂ। ਸੋ ਇਹ ਸੁਮਨ ਬਹੁਤ ਜ਼ਿਆਦਾ, ਔਰ ਇਹ ਸਮਾਂ ਸਭ ਤੋਂ ਜ਼ਿਆਦਾ ਇੱਕ ਬਲਦੀ ਦੇ ਤੇਲ ਪਾਉਣ ਵਾਲਾ ਕੰਮ ਆ, ਕਿਉਂਕਿ ਲੋਕ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇਹ ਉਸ ਦੌਰ ਦੇ ਵਿੱਚ ਸੁਮਨ ਰੇਟ ਵਧਾਏ ਗਏ ਨੇ ਜਦੋਂ ਇਹ 78,000 ਮਰੀਜ਼ ਇੱਕ ਦਿਨ ਦੇ ਪੂਰੇ ਇੰਡੀਆ ਦੇ ਵਿੱਚ ਆ ਰਹੇ ਨੇ, ਅਤੇ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਪੋਜ਼ਿਟਿਵ ਮਰੀਜ਼ਾਂ ਦਾ ਅੰਕੜਾ ਹੈ ਉਹ ਤੁਸੀਂ ਕਹਿ ਲਓ ਤਕਰੀਬਨ 1500 ਤੋਂ 2000 ਵਿੱਚ ਅੱਧਾ ਅੱਧਾ ਲੱਖ ਨੂੰ ਸਰ ਕਰ ਚੁੱਕਿਆ ਸੁਮਨ। ਜੇ ਇਹੀ ਹਾਲ ਰਿਹਾ ਤਾਂ ਤੁਸੀਂ ਲਾ ਕੇ ਚੱਲੋ ਸੁਮਨ 2 ਮਹੀਨੇ ਦੇ ਵਿੱਚ ਵਿੱਚ ਲੱਖ ਦਾ ਅੰਕੜਾ ਪਾਰ ਹੋ ਜਾਊਗਾ, 2 ਮਹੀਨੇ ਤੋਂ ਪਹਿਲਾਂ ਹੀ ਹੋ ਜਾਊਗਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਪਿੱਛੇ ਜਿਹੜਾ ਲੋਕਾਂ ਦੇ ਨਾਲ ਜਦੋਂ ਆਸਕ ਕੈਪਟਨ ਕੀਤਾ ਗਿਆ ਸੀ, ਉਹਨਾਂ ਨੇ ਕਈ ਇਸ ਤਰ੍ਹਾਂ ਦੀਆਂ ਫੋਰਕਾਸਟ ਕੀਤੇ ਨੇ, ਅੰਕੜੇ ਕੱਢੇ ਨੇ, ਹਾਲਾਂਕਿ ਲੋਕਾਂ ਨੇ ਉੱਤੇ ਵੀ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਇਹ ਦਾਰਾ 19 ਤਰੀਕ ਤੱਕ ਇੰਨੇ ਮਰੀਜ਼ ਹੋ ਜਾਣੇ ਆ, ਸਤੰਬਰ 18 ਤੱਕ ਜਿਹੜੇ ਮਰੀਜ਼ ਆ ਲੱਖ ਟੱਪ ਜਾਣੇ, ਯਾਨੀ ਇੱਦਾਂ ਚੀਜ਼ਾਂ ਕੀਤੀਆਂ ਨੇ। ਸਾਨੂੰ ਤਕਲੀਫ ਗਿਣਾਈ ਜਾ ਰਹੀ, ਸਾਨੂੰ ਹੱਲ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਇਹਦਾ ਹੱਲ ਕੀ ਹੈ, ਅਸੀਂ ਬਚਣਾ ਕਿਸ ਤਰ੍ਹਾਂ ਹੈ, ਆਮ ਲੋਕਾਂ ਦੀ ਮਦਦ ਕਿਸ ਤਰ੍ਹਾਂ ਹੋਣੀ ਹੈ, ਇਹ ਕਿਉਂ ਨਹੀਂ ਦੱਸਿਆ ਜਾ ਰਿਹਾ। ਸੋ ਤੁਸੀਂ ਦੇਖੋ ਕਿ ਹੁਣ ਮਾਸਕ ਦੇ ਨੇ ਜਿਹੜੇ ਚਲਾਨ ਹੋ ਰਹੇ ਨੇ, ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਬਹੁਤ ਚੀਜ਼ਾਂ ਹੋ ਰਹੀਆਂ ਨੇ। ਹਾਲਾਂਕਿ ਚਲੋ ਸੁਮਨ ਇੱਕ ਆਪਾਂ ਪੋਜ਼ਿਟਿਵ ਪਾਸੇ ਸੋਚੀਏ ਤਾਂ ਸਰਕਾਰ ਵੱਲੋਂ ਜਿਹੜੇ ਕੋਵਿਡ ਦੇ ਟੈਸਟ ਨੇ ਤੇਜ਼ ਕੀਤੇ ਗਏ ਨੇ, ਕੀਮਤਾਂ ਘਟਾਈਆਂ ਗਈਆਂ ਨੇ, ਹੁਣ ਤਾਂ ਪਟਿਆਲੇ ਦੀਆਂ ਅਸੀਂ ਤਸਵੀਰਾਂ ਦੇਖੀਆਂ ਨੇ, ਸੰਗਰੂਰ ਤੋਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਨਾਕਿਆਂ ਦੇ ਉੱਤੇ ਵੀ ਸੁਮਨ ਟੈਸਟ ਕੀਤੇ ਗਏ ਨੇ। ਪਰ ਦੇਖੋ ਉਹ ਸਰਕਾਰ ਦਾ ਬਿਲਕੁਲ ਫਰਜ਼ ਹੁੰਦਾ, ਜਿਵੇਂ ਮਾਪਿਆਂ ਦੇ ਆਪਣੇ ਬੱਚਿਆਂ ਲਈ ਫਰਜ਼ ਹੈ ਕਿ ਉਹਨਾਂ ਨੇ, ਉਹ ਵੀ ਸਰਕਾਰ ਦਾ ਵੀ ਇਹੀ ਰੋਲ ਹੁੰਦਾ। ਪਰ ਸੁਮਨ ਇਹ ਚੀਜ਼ਾਂ ਇਸ ਤਰ੍ਹਾਂ ਵਧਾ ਦੇਣੀਆਂ ਔਰ ਲੋਕਾਂ ਦੇ ਉੱਤੇ ਇੱਕਦਮ ਬੋਝ ਪਾ ਦੇਣਾ, ਤੁਸੀਂ ਦੇਖੋ ਕਿ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵੱਲੋਂ ਇਹ ਹੁਕਮ ਇੱਕਦਮ ਜਾਰੀ ਕਰ ਦਿੱਤੇ ਗਏ ਨੇ, ਔਰ ਇਹ ਚੀਜ਼ਾਂ 1 ਸਤੰਬਰ ਤੋਂ ਲਾਗੂ ਹੋ ਜਾਣੀਆਂ। ਬੋਝ ਤਾਂ ਦੇਖੋ ਸੁਮਨ ਲੋਕਾਂ ਦੇ ਉੱਤੇ ਹੀ ਪੈਣਾ ਨਾ ਇਹਦੇ ਨਾਲ। ਹਾਲਾਂਕਿ ਇਹਨੂੰ ਵੀ ਕਰੋਨਾ ਦਾ ਨਾਮ ਦਿੱਤਾ ਜਾਵੇਗਾ ਕਿ ਜਿਹੜਾ ਕਰੋਨਾ ਹੈਗਾ ਉਹਦੇ ਕਰਕੇ ਚੀਜ਼ਾਂ ਕੀਤੀਆਂ ਗਈਆਂ ਨੇ, ਪਰ ਮੈਨੂੰ ਲੱਗਦਾ ਸੁਮਨ ਬਹੁਤ ਸੋਰਸਿਸ ਨੇ ਸਰਕਾਰ ਜਿਸ ਤੋਂ ਕਮਾ ਸਕਦੀ ਹੈ। ਤੁਸੀਂ ਸ਼ਰਾਬ ਮਹਿੰਗੀ ਕਰ ਸਕਦੇ ਹੋ, ਹੋਰ ਮਹਿੰਗੀ ਕਰ ਦਿਓ ਸ਼ਰਾਬ, ਔਰ ਇਸ ਤੋਂ ਇਲਾਵਾ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਜਿਵੇਂ ਕਾਓ ਸੈਸ ਲਗਾਇਆ ਜਾਂਦਾ। ਸੁਮਨ ਮੈਨੂੰ ਅੱਜ ਤੱਕ ਇਹ ਚੀਜ਼ ਸਮਝ ਨਹੀਂ ਲੱਗੀ ਕਿ ਜਿਹੜਾ ਕਾਓ ਸੈਸ ਆ ਉਹਦਾ ਕਿੰਨਾ ਕੁ ਫਾਇਦਾ ਲੋਕਾਂ ਤੱਕ ਪਹੁੰਚਦਾ। ਹਾਦਸਿਆਂ ਨਾਲ ਤਾਂ ਲੋਕ ਮਰ ਰਹੇ ਨੇ ਸੜਕਾਂ ਦੇ ਉੱਤੇ, ਕਾਓ ਸੈਸ ਨਾ ਕੋਈ ਸੰਭਾਲ ਆ ਨਾ ਵਾਸਤਾ। ਸੋ ਇਹ ਚੀਜ਼ ਆ ਜਿਹੜੀ ਸੁਮਨ ਇਹਨਾਂ ਨੇ ਜਿਹੜੇ ਰੇਟ ਵਧਾਏ ਨੇ ਇਹ ਬਿਲਕੁਲ ਅਸਹਿ ਨੇ, ਔਰ ਇਹਦਾ ਮੈਨੂੰ ਲੱਗਦਾ ਕਿ ਪ੍ਰੋਟੈਸਟ ਵੀ ਲੋਕਾਂ ਦੇ ਵੱਲੋਂ ਕੀਤਾ ਜਾਵੇਗਾ। ਪਰ ਜਿਹੜੀ ਉਹ ਜਮਾਤ ਹੈ ਸ਼ਾਇਦ ਉਹ ਪ੍ਰੋਟੈਸਟ ਦੇ ਵਿੱਚ ਵੀ ਸੁਮਨ ਸ਼ਾਮਿਲ ਨਾ ਹੋ ਪਾਏ, ਕਿਉਂਕਿ ਉਹ ਲੋਕ ਨੇ ਜਿਨ੍ਹਾਂ ਦੀ ਇੱਕ ਦਿਹਾੜੀ ਦਾ ਮੁੱਲ ਹੈਗਾ, ਜਿਹੜੇ ਦਿਹਾੜੀ ਲਾਉਂਦੇ ਨੇ ਉਹਦਾ ਪੈਸਾ। ਬਿਲਕੁਲ ਬਿਲਕੁਲ, ਸ਼ਾਇਦ ਪ੍ਰੋਟੈਸਟ ਕਰਕੇ ਜਿਹੜਾ ਉਹ ਇੱਕ ਦਿਨ ਵਿਅਰਥ ਕਰਨਗੇ, ਉਹ ਇੱਕ ਦਿਨ ਦੇ ਵਿੱਚ 100-150 ਰੁਪਏ ਜਿਹੜੀ ਆਪਣੀ ਕਮਾਈ ਕਰਨਗੇ। ਅੱਛਾ ਸੁਮਨ, ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰਦਾ ਕਿ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਨੇ ਨਾ, ਜਿਹੜੀਆਂ ਮੁਫਤ ਸਹੂਲਤਾਂ ਉਸੇ ਤਰ੍ਹਾਂ ਜਾਰੀ ਨੇ। ਦੇਖੋ ਸਿੱਧਾ ਬੋਝ ਆਮ ਲੋਕਾਂ ਤੇ ਆ, ਸਰਕਾਰੀ ਮੁਲਾਜ਼ਮਾਂ ਨੂੰ ਸਹੂਲਤਾਂ ਉਦਾਂ ਹੀ ਮਿਲਦੀਆਂ। ਹਰ ਕੋਈ ਤਾਂ ਸਰਕਾਰੀ ਨੌਕਰੀ ਨਹੀਂ ਕਰ ਰਿਹਾ, ਹਰ ਵਿਅਕਤੀ ਤਾਂ ਸਰਕਾਰੀ ਨੌਕਰੀ ਨਹੀਂ ਕਰ। ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੇ ਲੋਕਡਾਊਨ ਦੇ ਦੌਰਾਨ ਨੌਕਰੀਆਂ ਗਵਾਈਆਂ ਨੇ, ਜਾਂ ਜਿਨ੍ਹਾਂ ਨੂੰ 50% ਸੈਲਰੀ ਮਿਲ ਰਹੀ ਹੈ, ਕਈਆਂ ਨੂੰ ਮਿਲ ਵੀ ਨਹੀਂ ਰਹੀ ਹੈ, ਕੋਈ ਵਲੰਟੀਅਰੀ ਬੇਸਿਸ ਤੇ ਜਿਹੜਾ ਕੰਮ ਕਰ ਰਹੇ ਨੇ। ਤਾਂ ਇਹ ਆਮ ਲੋਕ ਨੇ ਜਿਨ੍ਹਾਂ ਨੇ ਕੈਪਟਨ ਸਾਹਿਬ ਨੂੰ ਵੋਟ ਪਾ ਕੇ ਇਸ ਕਰਕੇ ਜਿਤਾਇਆ ਸੀ, ਇਸ ਕਰਕੇ ਉਮੀਦ ਦੇ ਨਾਲ ਉਹਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਕਿ ਕੈਪਟਨ ਸਾਹਿਬ ਆ ਕੇ ਪੰਜਾਬ ਦਾ ਵਿਕਾਸ ਕਰਨਗੇ, ਆਮ ਲੋਕਾਂ ਦੇ ਹਿੱਤ ਦੀ ਗੱਲ ਕਰਨਗੇ। ਪਰ ਸੂਬਾ ਵਿਕਾਸ ਦੇ ਜਾਂ ਤਰੱਕੀਆਂ ਦੇ ਰਾਹ ਤੇ ਹੈ ਕਿ ਨਹੀਂ, ਇਹ ਸੂਬੇ ਦੀਆਂ ਸਿਹਤ ਸਹੂਲਤਾਵਾਂ ਜਿਹੜੀਆਂ ਨੇ ਉਹ ਬਿਆਨ ਕਰਦੀਆਂ ਨੇ, ਤੇ ਸਿਹਤ ਸਹੂਲਤਾਵਾਂ ਨੂੰ ਲੈ ਕੇ ਇਹ ਕੀ ਫਰਮਾਨ ਜਾਰੀ ਕੀਤਾ ਗਿਆ ਕੈਪਟਨ ਸਾਹਿਬ, ਇਹ ਵੱਡੇ ਸਵਾਲ ਨੇ ਆਮ ਲੋਕਾਂ ਦੇ, ਇਹਦਾ ਜਵਾਬ ਵੀ ਜ਼ਰੂਰ ਦਿੱਤਾ ਜਾਏ। ਸੁਮਨ ਦੇਖੋ, ਤੁਸੀਂ ਇੱਕ ਪਾਸੇ ਆਕਸੀਮੀਟਰ ਵੰਡੇ ਜਾ ਰਹੇ ਨੇ ਦਿੱਲੀ ਦੇ ਵਿੱਚ, ਚਲੋ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਉੱਥੇ ਹੀ ਸਿਹਤ ਸਹੂਲਤਾਂ ਮਹਿੰਗੀਆਂ ਹੋ ਰਹੀਆਂ ਨੇ। ਸੋ ਲੋਕ ਇਸ ਚੀਜ਼ ਦਾ ਜਵਾਬ ਮੰਗਦੇ ਨੇ, ਕਿਉਂਕਿ ਸਰਕਾਰਾਂ ਲੋਕਾਂ ਦੇ ਵੈਲਫੇਅਰ ਲਈ ਹੁੰਦੀਆਂ ਨੇ, ਔਰ ਇਹ ਤਾਂ ਬਿਲਕੁਲ ਸਿੱਧੇ ਤੌਰ 'ਤੇ ਲੋਕਾਂ ਦੇ ਉੱਤੇ ਬੋਝ ਹੈਗਾ। ਹਾਲਾਂਕਿ ਤੁਸੀਂ ਦੇਖੋ ਕਿ ਜਿਹੜੀ ਡਿਲੀਵਰੀ ਆ ਉਹ ਕਿਹਾ ਜਾ ਰਿਹਾ ਕਿ ਉਹ ਜਿਹੜੀ ਹੈਗੀ ਆ ਉਹ ਆਮ ਦੀ ਤਰ੍ਹਾਂ ਹੀ ਰਹਿ ਜਾਣਗੇ, ਉਹਦੇ ਰੇਟ ਪਹਿਲਾਂ ਵਾਂਗ ਰਹਿਣਗੇ, ਉਹ ਫ੍ਰੀ ਰਹੇਗੀ। ਇਸ ਦੇ ਨਾਲ ਕੀ ਅਜੇ ਸੁਮਨ ਇਹ ਸ਼ੁਰੂਆਤੀ ਦੌਰ ਦੀਆਂ ਚੀਜ਼ਾਂ ਨੇ, ਇਹਦੇ ਵਿੱਚ
ਸਹੂਲਤਾਂ ਦੀ ਕੀਮਤ ਹੈ ਉਸ ਦੇ ਵਿੱਚ 3 ਗੁਣਾ ਵਾਧਾ ਕੀਤਾ ਗਿਆ ਹੈ। ਇਹ ਵੱਡਾ ਅਪਡੇਟ ਹੈ ਇਸ ਵੇਲੇ ਦਾ। ਹੈਲਥ ਸਿਸਟਮ ਕਾਰਪੋਰੇਸ਼ਨ ਦੇ ਹੁਕਮ ਨੇ ਸਰਕਾਰੀ ਮੁਲਾਜ਼ਮਾਂ ਨੂੰ ਮੁਫਤ ਸਹੂਲਤ ਜਾਰੀ ਰਹੇਗੀ, ਪਰ ਜਿਹੜੇ ਮੁਲਾਜ਼ਮ ਸਰਕਾਰੀ ਨਹੀਂ ਹਨ, ਯਾਨੀ ਕਿ ਜਿਹੜੇ ਲੋਕ ਸਰਕਾਰੀ ਨੌਕਰੀ ਨਹੀਂ ਕਰਦੇ, ਉਹਨਾਂ ਦੇ ਲਈ ਮੈਡੀਕਲ ਜਾਂਚ 300 ਤੋਂ ਵੱਧ ਕੇ ਹੁਣ 500 ਰੁਪਏ, ਵੱਡੇ ਆਪਰੇਸ਼ਨ ਦੀ ਫੀਸ 1000 ਤੋਂ 1200 ਰੁਪਏ ਦੇ ਵਿੱਚ ਹੋਈ, ਐਕਸ-ਰੇ ਜੋ ਕਿ 120 ਰੁਪਏ ਦਾ ਉਹ ਵਧਾ ਕੇ ਹੁਣ 150 ਰੁਪਏ ਦੀ ਕੀਮਤ ਜਿਹੜੀ ਹੈ ਤੈਅ ਕਰ ਦਿੱਤੀ ਗਈ ਹੈ। ECG 60 ਰੁਪਏ ਤੋਂ ਵੱਧ ਕੇ 75 ਰੁਪਏ, ਇਹ ਬਹੁਤ ਕਾਮਨ ਜੀ ਗੱਲ ਹੋਏਗੀ, ਇਹ ਬੜੇ ਸਰਸਰੀ ਵੇ ਨਾਲ ਇਹਨੂੰ ਗੱਲ ਕੀਤੀ ਜਾਏਗੀ ਕਿ ਸਿਰਫ 15 ਰੁਪਏ ਹੀ ਵਧਾਏ ਨੇ, ਪਰ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਲਈ ਇਹ 150 ਰੁਪਇਆ ਵੀ ਲੱਖਾਂ ਦੇ ਹਿਸਾਬ ਨਾਲ ਹੈ। ECG 60 ਰੁਪਏ ਤੋਂ ਵਧਾ ਕੇ 75 ਰੁਪਏ, AC ਕਮਰਾ 500 ਤੋਂ ਹੋਇਆ 1000 ਰੁਪਏ, ਮਤਲਬ ਜਿਹੜੀ ਕੀਮਤ 500 ਸੀ ਏਸੀ ਕਮਰੇ ਦੀ ਉਹ ਡਬਲ ਹੋ ਚੁੱਕੀ ਹੈ ਜੀ, ਉਹ ਡਬਲ ਹੋ ਚੁੱਕੀ ਹੈ। ਤਾਂ ਹੁਣ ਜਿਹੜਾ 1 ਸਤੰਬਰ ਹੈ, ਯਾਨੀ ਕਿ ਜਿਹੜਾ ਅਗਲਾ ਮਹੀਨਾ ਚੜ੍ਹਨ ਵਾਲਾ ਹੈ, 1 ਸਤੰਬਰ ਤੋਂ ਆਮ ਲੋਕਾਂ ਦੀ ਜੇਬ ਤੇ ਕਿੰਨਾ ਬੋਝ ਪੈਣ ਵਾਲਾ ਹੈ, ਇਹ ਸਰਕਾਰ ਨੇ ਸਾਫ਼ ਤੌਰ ਤੇ ਇਹਨਾਂ ਨਿਯਮਾਂ ਦੇ ਨਾਲ ਨਾਲ ਸਪਸ਼ਟ ਕਰ ਦਿੱਤਾ। ਬਿਲਕੁਲ ਸੁਣ, ਏਸੀ ਦਾ ਤਾਂ ਖੈਰ ਚਲੋ ਇੰਨੀ ਲੋੜ ਨਹੀਂ ਪੈਂਦੀ ਹੋਣੀ, ਕਿਉਂਕਿ ਗਰੀਬ ਬੰਦਾ ਵੈਸੇ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ, ਪਰ ਤੁਸੀਂ ਦੇਖੋ ਕਿ ਓਵਰਆਲ ਇਹ ਚੀਜ਼ਾਂ ਮਹਿੰਗੀਆਂ ਹੋਈਆਂ ਨੇ। ਸੋ ਨਿੱਜੀ ਸਹੂਲਤਾਂ ਦੀ ਜਿਹੜੀ ਕੀਮਤ ਹੈ, ਇਹਨਾਂ ਨੇ 3 ਗੁਣਾ ਉਦੋਂ ਨਾਮ ਦਿੱਤਾ ਵਾ, ਉੱਥੇ ਮੈਨੂੰ ਨਹੀਂ ਲੱਗਦਾ ਕਿ ਕਿਹੜੀਆਂ ਨਿੱਜੀ ਸਹੂਲਤਾਂ ਹੁੰਦੀਆਂ ਨੇ ਜਿਹੜੀਆਂ। ਇੱਥੇ ਸਰਕਾਰੀ ਹਸਪਤਾਲਾਂ ਦਾ ਤਾਂ ਵੈਸੇ ਬਹੁਤ ਬੁਰਾ ਹਾਲ ਹੈ, ਲੋਕ ਪਹਿਲਾਂ ਹੀ ਨਹੀਂ ਜਾਂਦੇ ਸੀ, ਲੋਕ ਇਲਾਜ ਦੇ ਹੱਥੋਂ ਲੋਕ ਦਮ ਤੋੜ ਰਹੇ ਨੇ, ਔਰ ਮੈਨੂੰ ਲੱਗਦਾ ਹੁਣ ਤਾਂ ਲੋਕ ਵੈਸੇ ਵਿਚਾਰੇ ਜਿਹੜੇ ਗਰੀਬ ਨੇ ਰੁੱਖ ਨਹੀਂ ਕਰਨਗੇ, ਕਿਉਂਕਿ ਇਲਾਜ ਹੋਰ ਮਹਿੰਗਾ ਕਰਤਾ। ਤਾਂ ਕੈਪਟਨ ਸਾਹਿਬ, ਇਹ ਕਮੈਂਟਸ ਜਿਹੜੇ ਨੇ ਜਿਹੜੇ ਸਾਡੇ ਲਾਈਵ ਦੇ ਦੌਰਾਨ ਅਸੀਂ ਦੇਖੇ ਨੇ ਆਮ ਲੋਕਾਂ ਦੇ, ਇਹ ਲੋਕ ਨਾਖੁਸ਼ ਨਜ਼ਰ ਆ ਰਹੇ ਨੇ ਤੁਹਾਡੇ ਇਸ ਫਰਮਾਨ ਤੋਂ। ਇਹ ਜਿਹੜਾ ਆਮ ਲੋਕਾਂ ਦੀ ਜੇਬ 'ਤੇ ਤੁਸੀਂ ਬੋਝ ਪਾਇਆ ਹੈ ਸੂਬਾ ਸਰਕਾਰ ਨੂੰ, ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਆਮ ਲੋਕਾਂ ਦੀ ਆਵਾਜ਼ ਪਹੁੰਚਾ ਸਕੀਏ। ਆਸ ਕੈਪਟਨ ਦੇ ਵਿੱਚ ਆ ਜਿਹੜੇ ਕਮੈਂਟਸ ਜਾਂ ਜਿਹੜੇ ਮੈਸੇਜ ਕੈਪਟਨ ਸਾਹਿਬ ਵੱਲੋਂ ਰੀਡ ਕੀਤੇ ਜਾਂਦੇ ਨੇ ਲਾਈਵ ਦੇ ਦੌਰਾਨ, ਅਸੀਂ ਉਮੀਦ ਕਰਦੇ ਹਾਂ ਕਿ ਇਹ ਸੁਨੇਹੇ, ਇਹ ਕਮੈਂਟਸ ਵੀ ਕੈਪਟਨ ਸਾਹਿਬ ਜ਼ਰੂਰ ਪੜ੍ਹਨ ਅਤੇ ਇਹ ਜ਼ਰੂਰ ਜਾਣ ਲੈਣ ਕਿ ਇਹ ਨਵੇਂ ਫਰਮਾਨ ਦਾ ਆਮ ਲੋਕਾਂ 'ਤੇ ਕੀ ਅਸਰ ਪਿਆ, ਆਮ ਲੋਕਾਂ ਨੇ ਕਿੰਨਾ ਕੁ ਹੱਸ ਕੇ ਜਾਂ ਕਿੰਨਾ ਕੁ ਰੋ ਕੇ ਇਸ ਨਵੇਂ ਫਰਮਾਨ ਨੂੰ ਜਿਹੜਾ ਐਕਸੈਪਟ ਕੀਤਾ ਹੈ। ਵਧੇਰੇ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ, ਅਤੇ ਮੈਨੂੰ ਮੇਰੇ ਸਹਿਯੋਗੀ ਗਗਨ ਬੇਦੀ ਨੂੰ ਦਿਓ ਇਜਾਜ਼ਤ। ਧੰਨਵਾਦ।